ਮੰਤਰ ਦੇ ਦਾ ਤੇ ਜੇ ਤੁਸੀਂ ਇਹ ਹੈਗੇ ਨੇ ਭਾਈ ਸਾਹਿਬ ਜੋ ਵੀ ਕੈਨੇਡਾ ਤੋਂ ਆਏ ਨੇ ਤੇ ਅਸੀਂ ਹੈ ਚਲੋ ਜੀ ਰੈਸਲਿੰਗ ਬੜੀ ਘੈਂਟ ਹੁੰਦੀ ਹੈ ਨਾਲ ਆਇਓ ਜੀ ਹੁਣ ਅਸੀਂ ਜਾਣੇ ਆ ਮੱਝਾਂ ਵੇਖਣ ਮੈਨੂੰ ਤਾਂ ਮੱਝਾਂ ਵੇਖਣ ਦਾ ਬਹੁਤ ਹੀ ਸ਼ੌਕ ਹੈ ਕਿਉਂਕਿ ਅਸੀਂ ਆਏ ਆ ਪਿੰਡ ਦੇ ਇਲਾਕੇ ਚ ਫੋਸ ਫੋਸ ਦੇ ਇੱਥੇ ਰਾਹ ਬੜੇ ਹੁੰਦੇ ਆ ਤੇ ਹੋ ਡੇਲਾ ਵੇਖ ਵੇਖਦੀ ਉਹ ਪੈਲੀ ਵੀ ਪਿੱਛੇ ਪਾਣੀ ਕਿ ਆਉਂਦਾ ਹੁੰਦਾ ਤੇ ਮੱਝਾਂ ਦਾ ਬੜਾ ਸਿਆਪਾ ਪੱਠੇ ਪਾਉਣੇ ਪਾਉਂਦੇ ਰੋਜ਼ ਵਾਹ ਕਿਧਰੋਂ ਆ ਗਿਆ ਜੀ ਟਟੈਣਾ ਜਿਹਾ ਚਲੋ ਕੋਈ ਨੀ ਟਟੈਣੇ ਜਿਹੇ ਆਉਂਦੇ ਰਹਿੰਦੇ ਆ ਅਸੀਂ ਇੱਥੇ ਚੜੀਏ ਸ਼ੇਰ ਆ ਗਿਆ ਉਹ ਕੁੱਤਾ ਵੀ ਆ ਗਿਆ ਮਾਮਾ ਉਤਰੇ ਕੁੱਤਿਆਂ ਦਾ ਬੜਾ ਇੱਥੇ ਸਿਆਪਾ ਪੈਂਦਾ ਰਹੇ ਕਿਉਂਕਿ ਕੁੱਤਿਆਂ ਦੇ ਬੰਦਿਆਂ ਤੋਂ ਜ਼ਿਆਦਾ ਕੁੱਤੇ ਇੱਥੇ ਬੜੇ ਆ